ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਵੇ ਕਿਤੇ ਮਾਹੀ ਘੇਰਾ ਦੇ ਗਿਆ ਸਹੀ ਕੀਤਾ उन्हें कहा जब हम बूढ़े होंगे हाथ पैर जुड़े होंगे दवाइयों के बूढ़े होंगे जवानी याद करेंगे जवानी याद करेगी बिरयानी खा रहे थे तो जो पट निकल गया बिरयानी छाड़ के पट पुट ला पे मिठे चाहिए अंगूर अल्लाह दी रहमत अपने अंगूर तोड़ी जा रहे खट्टे आ आ देख ला वापस कर चेक करो भाई मिठे भाई इन सोट पर मालिश करा ला यार भाई लवा दे सही भाई 150 भाई मैं देना लवा के ले आ भाई साहब एक कप और दे खाना साहब की हाल चाल है सेहत भी है एक चीज दिखावा थानू पुछो कत रो क्या बोतल पीन ले फ्री दी हाथ सीटो असलाम के नाज़रीन तुसी देख रहे हो ज़ेड एस टी डिजिटल चैनल ते मैं तुहाडा मेज़बान ज़ुबैर मिर्ज़ा तुहाडी खिदमत च एक बार फिर नवे शो के नाल तुहाडी खिदमत च हाजिर हाँ नाज़रीन अज मैं मौजूद हाँ ਅਤੇ ਕਿੱਥੇ ਮੌਜੂਦ ਆ ਮੈਂ ਘੰਟਾ ਘਰ ਹਾਂਜੀ ਨਾਜ਼ਰੀਨ ਅੱਜ ਮੈਂ ਮੌਜੂਦ ਆ ਘੰਟਾ ਘਰ ਦੇ ਬਿਲਕੁਲ ਥੱਲੇ ਅਸੀਂ ਮੌਜੂਦ ਆ ਤੇ ਅੱਜ ਆਵਾਮ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਸਾਡਾ ਕਿਹੜਾ ਟੌਪਿਕ ਹੁੰਦਾ ਵਾ ਆਵਾਮ ਨੂੰ ਹਸਾਣਾ ਹੁੰਦਾ ਵਾ ਤੇ ਅੱਜ ਫਿਰ ਅਸੀਂ ਆਵਾਮ ਨੂੰ ਹਸਾਣ ਨੂੰ ਨਿਕਲੇ ਆ ਚਾਚੀ ਕਿੰਨੀ ਉਮਰ ਮਾਸ਼ਾਅੱਲਾ ਆਪਣੀ ਮਾਸ਼ਾਅੱਲਾ 56 ਸਾਲ 56 ਚਾਚੀ ਪੜ੍ਹੇ ਹੋ ਕਿੰਨਾ ਪੜ੍ਹੇ 12 ਕੀਤੀਆਂ ਚਾਚੀ ਫੈਸਲਾਬਾਦ ਕਹਿੰਦੇ ਖੁਸ਼ ਮਿਜ਼ਾਜ ਲੋਕਾਂ ਦਾ ਇਲਾਕਾ ਵਾ ਖੁਸ਼ ਮਿਜ਼ਾਜ ਲੋਕਾਂ ਦਾ ਇਲਾਕਾ ਮਿਹਨਤੀ ਲੋਕ ਆ ਮਿਹਨਤੀ ਲੋਕ ਆ ਸਿਰਫ ਆਪਣਾ ਕੰਮ ਨਾ ਕਰਦਾ ਹੋਰ ਕੋਈ ਕਿਸਮ ਦਾ ਨਹੀਂ ਜਿੱਥੇ ਬੜੇ ਬੋਰ ਬੋਰ ਬੈਠੇ ਸੀ ਕੋਈ ਗਾਣਾ ਹੀ ਸੁਣਾ ਦਿਓ ਗਾਣੇ ਆਂਦੇ ਆਪਣੇ ਦੌਰ ਦਾ ਕੋਈ ਇੱਕ ਗਾਣਾ ਅੱਛਾ ਆਪਣੇ ਦੌਰ ਦੇ ਵਿੱਚ ਤੁਹਾਨੂੰ ਸਭ ਤੋਂ ਅੱਛੀ ਹੀਰੋਇਨ ਕਿਹੜੀ ਲੱਗਦੀ ਸੀ ਹੀਰਵਨ ਨਗਮਾ ਆ ਨਗਮਾ ਨਗਮਾ ਓਏ ਰੇਸ਼ਮਾ ਨਹੀਂ ਨਾ ਲੋ ਉਸ ਤੋਂ ਬਾਅਦ ਗਾਣਿਆਂ ਦੇ ਵਿੱਚੋਂ ਤੁਹਾਨੂੰ ਸਭ ਤੋਂ ਅੱਛਾ ਗਾਣਾ ਕਿਹੜਾ ਲੱਗਦਾ ਸੀ ਮੈਡਮ ਤੋਂ ਇਲਾਵਾ ਮੈਡਮ ਤੋਂ ਇਲਾਵਾ ਕੀ ਨਾਮ ਸੀ ਭਲਾ ਦਾ ਕੀ ਨਾਮ ਸੀ ਭਲਾ ਦਾ ਸੋਚ ਲੈ ਮੈਡਮ ਦਾ ਕੋਈ ਗਾਣਾ ਹੁੰਦਾ ਕੋਈ ਗਾਣੇ ਦੇ ਦੋ ਬੋਲ ਸੁਣਾ ਦਿਓ चाचा चलो गाना सुना दे सानू नहर वाले पुल ते बुला के वे किते माही घेरा दे गया सही किता ਆਉਣ ਆ ਦੇ ਨਾ ਅੱਗੇ ਚੱਲਦੇ ਆ ਆਵਾਮ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਇਸ ਟਾਈਮ ਅਸੀਂ ਮੌਜੂਦ ਆ ਘੰਟਾ ਘਰ ਦੇ ਚੌਂਕ ਦੇ ਵਿੱਚ ਪਾਣੀ ਕੀ ਹਾਲ ਹੈ ਸਿਹਤ ਵੀ ਹੈ ਅੱਲਾਹ ਦਾ ਮੈਂ ਸ਼ੋਅ ਕਰ ਰਿਹਾ ਸੀ ਤੁਸੀਂ ਦੇਖ ਰਹੇ ਹੋ ਰੋਗੇ ਕਿੱਥੇ ਤੇ ਰਹਿਣ ਵਾਲੇ ਹਾਂਜੀ ਗੱਡੀ ਦਾ ਝੁਮਰਾ ਰੋਡ ਝੁਮਰਾ ਰੋਡ ਤੇ ਪਰ ਫੈਸਲਾਬਾਦ ਬੜਾ ਖੁਸ਼ਮਿਜ਼ਾਜ ਲੋਕਾਂ ਦਾ ਇਲਾਕਾ ਵਾ ਹਾਂਜੀ ਤੁਹਾਡੇ ਮੂੰਹ ਤੇ 12 ਕਿਉਂ ਵੱਜੇ ਹੋਏ ਆ ਇਹ ਮੇਰੇ ਮੂੰਹ ਤੇ 1 ਵਜਾ ਭਾਈ 12 ਨਹੀਂ ਵੱਜੇ 1 ਵਜਾ 1 ਵਜਾ ਉਹ ਕਦੋਂ ਬਸ ਸਵੇਰ ਦੇ ਘਰੋਂ ਨਿਕਲੇ ਹੁਣ ਨੀਂਦ ਆਈ ਅੱਛਾ ਨੀਂਦ ਆਈ ਆ ਹਾਂਜੀ ਫੈਸਲਾਬਾਦ ਦੇ ਗਾਣੇ ਵੀ ਬਹੁਤ ਮਸ਼ਹੂਰ ਆ ਹਾਂਜੀ ਜੁਗਤਾਂ ਵੀ ਬਹੁਤ ਮਸ਼ਹੂਰ ਆ ਹਾਂਜੀ ਕੋਈ ਇੱਕ ਗਾਣੇ ਦਾ ਕੋਈ ਅੱਛਾ ਜਿਹਾ ਬੋਲ ਕਿਹੜਾ ਤੁਹਾਨੂੰ ਲੱਗਦਾ ਹੋਵੇ जवानी याद करेंगे हाँ। जब हम बूढ़े होंगे हाथ पैर जुड़े होंगे दवाइयों के बूढ़े होंगे जवानी याद करेंगे जवानी याद करेगी चाची खैरा उनको अल्लाह ख्याल करे ਕੀ ਹਾਲ ਅਸੀਂ ਬੋਲਣਾ ਹੀ ਨਹੀਂ ਹਾਲ ਗਿਆ ਮੈਂ ਤੇਰੀ ਚੀਜ਼ ਆ ਕੇ ਦੌੜ ਗਿਆ ਯਾਰ ਬੋਲਣਾ ਫੈਸਲਾ ਬਾਬਾ ਬੜੇ ਖੁਸ਼ ਮਜ਼ਾਜ ਲੋਕਾਂ ਦਾ ਇਲਾਕਾ ਵਾ ਬੋਲਣਾ ਨਹੀਂ ਫਿਰ ਕੱਚੀ ਤੇਰੀ ਮੇਰੀ ਹੁਣ ਮੈਂ ਫਿਰ ਜਾਵਾਂ ਇੱਕ ਵਾਰੀ ਕਹਿ ਜਾ ਇੱਕ ਵਾਰੀ ਕਹਿ ਦੇ ਮੈਂ ਚਲੇ ਆ ਯਾਰ ਮੈਂ ਕਹਾਂ ਅੱਛਾ ਤੂੰ ਵੀ ਕਿਹਾ ਮੈਂ ਬੋਲਣਾ ਨਹੀਂ ਹੁਣ ਫਿਰ ਬੋਲਿਆ
ਗੱਲ ਹੈ ਨਾ ਪੁਆਇੰਟ ਵਾਲੀ ਹੁਣ ਫਿਰ ਨਹੀਂ ਬੋਲਣਾ ਮੈਂ ਨਾ ਮੈਂ ਫਿਰ ਇੱਥੇ ਇਕੱਲਾ ਹੀ ਸ਼ੋਅ ਕਰ ਲਾਂ ਆਇਆ ਯਾਰ ਐਡੀ ਦੂਰੋਂ ਤੈਨੂੰ ਮੈਂ ਵੇਖ ਕੇ ਤੇਰਾ ਇੰਟਰਵਿਊ ਕਰਨ ਆਇਆ ਨਾ ਦੇ ਇਸ ਟਾਈਮ ਟਾਈਮ ਹੋ ਗਿਆ ਵਾ ਰਾਤ ਤਕਰੀਬਨ 12:30 ਦਾ 12:30 ਦਾ ਹੋਇਆ ਕੀ ਹਾਲ ਹੈ ਸਿਹਤ ਤਬੀਅਤ ਸਭ ਠੀਕ ਠਾਕ ਕਿੱਥੋਂ ਦੇ ਆਏ ਇੱਥੋਂ ਦੇ ਕਿੱਥੋਂ ਦੇ ਸਲਾਮਨਗਰ ਦੇ ਸਲਾਮਨਗਰ ਦੇ ਸਲਾਮਨਗਰ ਦੀਆਂ ਗੱਲਾਂ ਬਹੁਤ ਮਸ਼ਹੂਰ ਆ ਜੁਗਤਾਂ ਬਹੁਤ ਮਸ਼ਹੂਰ ਆ ਉਜਾਲਾ ਪਾਲਤੂ ਆ ਅੱਛਾ ਲਾਈਟ ਵੱਜਦੀ ਆ ਤੇਰੇ ਲਈ ਬੰਦ ਕਰ ਲਈ ਲਾਈਟ ਜੇ ਤੂੰ ਕਵੇਂ ਤੇ ਅੱਡ ਲਾ ਮਰਾਸੀ ਲਫ਼ਜ਼ ਨੀ ਹੁੰਦਾ ਇਹ ਗਲਤ ਲਫ਼ਜ਼ ਆ ਪਾਣੀ ਕੀ ਹਾਲ ਸਰ ਕਿਥੋਂ ਆਏ ਇੱਥੇ ਘੁੰਮਦੇ ਰਹਿੰਦੇ ਕਾਫੀ ਰਿਲੀਫ ਮਿਲਿਆ ਅੱਛਾ ਯਾਰ ਭੈਣ ਦੋ ਕੁ ਜੁਗਤਾਂ ਮਾਰਦੇ ਮੈਂ ਜੁਗਤਾਂ ਸੁਣਨ ਆਇਆ ਬਿਰਿਆਨੀ ਖਾ ਰਿਹਾ ਸੀ ਤੇ ਉਹਦੇ ਵਿੱਚੋਂ ਪੱਟ ਨਿਕਲ ਗਿਆ ਬਿਰਿਆਨੀ ਛੱਡ ਕੇ ਪੱਟ ਘੁੱਟਾ ਲਾ ਪਿਆ ਭੁੱਲ ਗਈ ਯਾਰ ਇੱਕ ਜਗ੍ਹਾ ਤੋਂ ਚਲੋ ਭੈਣ ਤੁਹਾਨੂੰ ਗਾਲਾਂ ਖਾ ਰਿਹਾ ਮੈਂ ਕਿਹਾ ਕੀ ਕਰ ਗਾਲਾਂ ਖਾ ਰਿਹਾ ਮੈਂ ਕਿਹਾ ਕੀ ਕਰ ਰਿਹਾ ਕਹਿੰਦਾ ਖਾਊਂਗਾ ਨਹੀਂ ਤਾਂ ਬੜਾ ਕੈਸੇ ਹੋਊਂਗਾ ਮਾਈਕ ਮਾਰਨਾ ਤੁਹਾਡਾ ਇਹ ਕੰਮ ਨਹੀਂ ਕਰਨਾ ਮੇਰੇ ਹੁੰਦੇ ਪੁੱਛੀ ਦਾ ਹੁੰਦਾ ਪਹਿਲੇ ਪੁੱਛ ਪਹਿਲੇ ਭੈਣ ਲੈ ਲਾ ਅਖਬਾਰ ਲੈ ਲਾ ਅਖਬਾਰ ਚਾਹੀਦੀ ਨਹੀਂ ਦੇਣੀ ਚੱਲ ਕਿੰਨੇ ਰੁਪਏ ਕਿਲੋ ਆ 250 ਰੁਪਏ ਕਿਲੋ ਅੰਗੂਰ 250 ਰੁਪਏ ਕਿਲੋ ਸਲਾਮ ਅਲੈਕਮ ਜੀ ਸਾਈਡ ਤੇ ਲਾ ਲਾਂਦੇ ਬ੍ਰੇਕਾਂ ਫੇਲ ਆ ਇਹਦੀਆਂ ਮਾਲਿਸ਼ ਕਰਾ ਲਓ ਭਾਈ ਤੁਸੀਂ ਅੰਗੂਰ ਲੈ ਲਓ ਭੈਣ ਛੱਡ ਦੇ ਭੈਣ ਨਹੀਂ ਦੌੜਦੀ ਕਿਤੇ ਆ ਵੀ ਫੜੋ ਇੱਕ ਹੱਥ ਨਾਲ ਹਾਂਜੀ ਹੁਣ ਬੋਲੋ ਤੁਸੀਂ ਭੈਣ ਅੰਗੂਰ ਲੈ ਲਓ ਅੰਗੂਰ ਭੈਣ ਪੈਸੇ ਨਹੀਂ ਹੈ ਤੇ ਭੈਣ ਮੇਰੇ ਕੋਲ ਵੀ ਪੈਸੇ ਨਹੀਂ ਹੈ ਕਿੱਡੀ ਫਨੀ ਗੱਲ ਕੀਤੀ ਮੈਂ ਤੂੰ ਹੱਸਿਆ ਨੀ ਥੋੜੇ ਪੈਸੇ ਦਿਓ ਤੁਸੀਂ ਥੋੜੇ ਪੈਸੇ ਦੇ ਦਿਓ ਪੁੱਛੋ ਤੁਸੀਂ ਪਿੱਛੇ ਕਰ ਗੱਡੀਆਂ ਦੇ ਯਾਰ ਹਾਂ ਹੁਣ ਦੱਸ ਭਾਈ ਭੈਣ ਹਾਂ ਮੁੰਡੇ ਕੁੱਟਾਂਗਾ ਭੈਣ ਅੰਗੂਰ ਲੈ ਲੋ ਭੈਣ ਤੁਸੀਂ ਮਿੱਠੇ ਕਰਕੇ ਲੈ ਲੋ ਮਿੱਠੇ ਚਾਹੀਦੇ ਅੰਗੂਰ ਆਪਣੇ ਅੰਗੂਰ ਤੋੜੀ ਜਾ ਰਹੇ ਖੱਟੇ ਆ ਆ ਦੇਖ ਲਾ ਵਾਪਸ ਚੈੱਕ ਕਰੋ ਭਾਈ ਮਿੱਠੇ ਭਾਈ ਇਹਨੂੰ ਸੋਟ ਬਰੇ ਮਾਲਿਸ਼ ਕਰਾ ਲਾ ਯਾਰ ਉਹਦੇ ਕਿੱਦਾਂ ਬੋਲਿਆ 500 ਰੇਟ ਹੁਣ ਤੁਸੀਂ 500 ਲੈਨੇ ਮੈਂ ਵੀ 500 ਲਈ ਜਾਵਾਂ 500 ਲਓ ਯਾਰ ਮੈਂ 200 ਜੀ ਕਰ ਦਊਂ ਸਾਡਾ ਰੇਟ ਖਰਾਬ ਕਰ ਰਹੇ ਯਾਰ 40000 300 ਦੇ ਦੇ ਮੈਂ ਨਹੀਂ ਕਰਾਂ ਆ ਭਾਈ ਲੈ ਲਾ ਰੇੜੀ ਯਾਰ ਵੀਡੀਓ ਨਾ ਯਾਰ ਉਹਨਾਂ ਦੀ ਖਰਾਬ ਪਾਣੀ ਕੀ ਹਾਲ ਹੈ ਕਿੱਧਰ ਚੱਲਦੇ ਆ ਵੀ ਇੰਜੋਇਮੈਂਟ ਕਰਨ ਇੰਜੋਇਮੈਂਟ ਕਰ ਰਹੇ ਮਹਿਫਲ ਤੇ ਆਏ ਮਹਿਫਲ ਤੇ ਮਹਿਫਲ ਕਿਹੜੀ ਤੇ ਅੱਛਾ ਮਹਿਫਲ ਤੇ ਫੈਸਲਾਬਾਦ ਦੀਆਂ ਗੱਲਾਂ ਬਹੁਤ ਮਸ਼ਹੂਰ ਆ ਇਸੇ ਤਰ੍ਹਾਂ ਕੋਈ ਦੋ ਕੁ ਜੁਗਤਾਂ ਮਾਰ ਦੋ ਯਾਰ ਬੋ ਵਾਲਾ ਗੱਦਾ ਹੁੰਦਾ ਬੋ ਵਾਲਾ ਗੱਦਾ ਹੁੰਦਾ ਅੱਛੇ ਹੋਰ ਹੁਣ ਤੁਸੀਂ ਇੱਕ ਹੋਰ ਲੋ ਨਾ ਦੇ ਹੁਣ ਮੈਂ ਮੌਜੂਦ ਹਾਂ ਦਾਖਲਾ ਮਮਨੂ ਹੈ ਉਹਦੇ ਕੋਲ ਮਤਲਬ ਕਿ ਘੰਟਾ ਘਰ ਦੇ ਕੋਲ ਕੋਲ ਨਾ ਦੇ ਮੈਂ ਸੋਚਿਆ ਸੀ ਕਿ ਤੁਹਾਨੂੰ ਸ਼ੋਅ ਕੋਈ ਅੱਛਾ ਆ ਕਿ ਫਨੀ ਆ ਦੇਵਾਂ ਪਰ ਸ਼ੋਅ ਐਵੇਂ ਨਹੀਂ ਹੁੰਦੇ ਠੀਕ ਹੈ ਨਾ ਕਰੈਕਟਰ ਲੱਭਣੇ ਪੈਂਦੇ ਆ ਕੋਈ ਗੱਲਾਂ ਬਾਤਾਂ ਨੇ ਲੱਭਣੇ ਪੈਂਦੇ ਆ ਉਧਰ ਅੱਗੇ ਚੱਲਦੇ ਹਾਂ ਆਵਾਮ ਦੇ ਨਾਲ ਤੁਹਾਨੂੰ ਪਤਾ ਫਿਰ ਅਸੀਂ ਟਾਈਮ 'ਤੇ ਪੂਰਾ ਕਰਨਾ ਵਾਜ ਟਾਈਮ ਪੂਰਾ ਕਰਨਾ ਸੀ ਵਾਜ ਟਾਈਮ 'ਤੇ ਅਸੀਂ ਨਾ ਪੂਰਾ ਕਰੀਏ ਨਾ ਦਿਨ ਤਾਂ ਸਾਡਾ ਗੁਜ਼ਾਰਾ ਨਹੀਂ ਹੁੰਦਾ ਬਹਿਣ ਦੇ ਇੱਥੇ ਪੈਨ ਆਓ ਅੱਛਾ ਜੀ ਬੈਠੋ ਬਿਸਮਿਲਾ ਪੈਨ ਅੱਛਾ ਜੀ ਪੈਨ ਬੈਠੋ ਇੱਥੇ ਕੱਪ ਲੈਣਾ
ਚੈੱਕ ਕਰਿਓ ਨਾ ਤੇ ਬੰਦੇ ਨਾਲ ਗੇਰਾ ਹੁੰਦਾ ਇਹਨੇ ਮੇਰੇ ਨਾਲ ਗੱਲ ਨਹੀਂ ਕੀਤੀ ਪੈਸੇ ਕਿੰਨੇ ਆ ਤੇ ਨਹੀਂ ਮੈਂ ਬਿਸਮਿਲਾ ਬਿਸਮਿਲਾ ਕੀ ਨਾਮ ਆਪਣਾ ਆਪਣਾ ਭਾਜੀ ਅੱਲਾ ਦਿੱਤਾ ਅੱਲਾ ਨੇ ਦਿੱਤਾ ਹਾਂਜੀ ਭਾਜੀ ਉਸ ਤੋਂ ਇਲਾਵਾ ਹੋਰ ਕਿਹਨੇ ਦਿੱਤਾ ਭਾਜੀ ਮਹੱਲੇਦਾਰਾਂ ਨੇ ਵੀ ਦਿੱਤਾ ਬਹੁਤ ਅੱਛੇ ਯਾਰ ਹਾਂਜੀ ਭਾਜੀ ਕੰਮ ਕੀ ਕਰਦਾ ਕੰਮ ਭਾਜੀ ਆ ਦੇਖੋ ਤੁਹਾਡੇ ਸਾਹਮਣੇ ਮਾਸ਼ਾਅੱਲਾ ਉਹ ਮਰ ਗਿਆ ਹਾਂਜੀ ਭਾਜੀ ਐਸੇ ਕਰਕੇ ਚਮਚ ਨਹੀਂ ਲੈ ਕੇ ਚਮਚ ਲੈ ਕੇ ਆਓ ਚਮਚ ਲਿਆ ਮੈਂ ਖਾਣਾ ਕਿੱਦਾਂ ਵਾ ਗੱਲ ਨਾ ਭਾਜੀ ਆ ਦੇਖੋ ਨਾ ਪੈਨ ਬਹੁਤ ਬਦਤਮੀਜ਼ ਬੰਦਾ ਹੈ ਮੈਨੂੰ ਕੰਮ ਤੋਂ ਨਾ ਕਢਾ ਤਿੰਨ ਤਾਂ ਘਰਦਿਆਂ ਨੇ ਕੱਢਿਆ ਵਾ ਘਰਦਿਆਂ ਨੇ ਕੱਢਿਆ ਅੱਛਾ ਇੱਕਦਮ ਹੀ ਮੇਰੇ ਨਾਲ ਫਰੀ ਹੋਈ ਜਾ ਰਿਹਾ ਹੋਰ ਭਾਜੀ ਕਿੱਦਾਂ ਤੇਰੀ ਮੈਂ ਬਚਤ ਕਰਾਵਾਂ ਡਰ ਲੱਗਦਾ ਆਪਾਂ ਜਾਲੀ ਆ ਕਿਥੋਂ ਆਏ ਕਿਥੋਂ ਆਏ ਇਧਰ ਵੀ ਮੈਂ ਨੀ ਖਾਣਾ ਮੈਨੂੰ ਪਤਾ ਨੀ ਬਲਕਿ ਰੁਕ ਆਈਸਕ੍ਰੀਮ ਦਾ ਕੱਪ ਲਵਾਓ ਤੁਹਾਨੂੰ ਇੰਟਰਵਿਊ ਦੇ ਯਾਨੂੰ ਇਹਨੂੰ ਕੋਈ ਅੱਛੀਆਂ ਜੁਗਤਾਂ ਮਾਰੇ ਯਾਰ ਜੁਗਤਾਂ ਨਹੀਂ ਮਾਰ ਆ ਨਾ ਕਿ ਮੈਨੂੰ ਜੁਗਤਾਂ ਨਹੀਂ ਆਉਂਦੀਆਂ ਤੇਰਾ ਧੋਰਨਾ ਹੀ ਜੁਗਤਾਂ ਵਰਗਾ ਵਾ ਦਾ ਗੁੱਗਾ ਸ਼ਰੀਅਤ ਦੇ ਖਿਲਾਫ ਜੁਗਤ ਕਿਉਂ ਨਾ ਮਾਰੇ ਜੁਗਤ ਵੱਜ ਗਈ ਹੁਣ ਇਧਰ ਤੁਸੀਂ ਰਹਿਣ ਦਿਓ ਭਾਜੀ ਮੈਂ 150 ਰੁਪਿਆ ਦੇ ਦਿਓ ਆਇਆ ਮੈਂ ਦਿੰਦਾ ਹਾਂ ਸਾਦਗੀ ਤੋਂ ਹਮਾਰੀ ਜ਼ਰਾ ਦੇਖੀਏ ਇਹ ਦੁਬਾਰਾ ਕੇ ਵਾਦੇ ਪਰ ਕਰ ਲਿਆ ਸਾਦਗੀ ਤੋਂ ਹਮਾਰੀ ਜ਼ਰਾ ਦੇਖੀਏ ਇਹ ਤੁਬਾਰਾ ਕੇ ਵਾਦੇ ਪਰ ਕਰ ਲਿਆ ਤੇਰੀ ਅਤਾ ਕੀ ਰੁਦਾਦ ਹੋ ਗਏ ਹਮ ਬੜੇ ਖਲੂਸ ਸੇ ਬਰਬਾਦ ਹੋ ਗਏ ਹਮ ਜ਼ਰਾ ਦੇਖੀਏ ਸਾਦਗੀ ਤੋ ਹਮਾਰੀ ਜ਼ਰਾ ਦੇਖੀਏ ਮੈਂ ਵੀ ਗਾਵਾਂ ਸਾਦਗੀ ਤੋ ਹਮਾਰੀ ਜ਼ਰਾ ਦੇਖੀਏ ਇਹ ਤੁਬਾਰਾ ਕੇ ਵਾਦੇ ਪਰ ਕਰ ਲਿਆ ਲੋ ਨਾ ਦੇ ਕੈਮਰਾ ਵੇਖ ਕੇ ਕਹਿ ਲੋ ਨਾ ਦੇਣੇ ਇਹਦੇ ਨਾਲ ਦਿਓ ਸਾਨੂੰ ਇਜਾਜ਼ਤ ਮਿਲ ਜਾਂਦਾ ਅਗਲੇ ਸ਼ੋਅ 'ਚ ਉਦੋਂ ਤੱਕ ਦੀ ਸਾਡੇ ਚੈਨਲ ਲਾਜ਼ਮੀ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਮੈਨੂੰ ਕਹਿਣਾ ਨਹੀਂ ਆਉਂਦਾ ਗੱਲ ਸਬਸਕ੍ਰਾਈਬ ਕਿਆ ਸਬਸਕ੍ਰਾਈਜ਼ ਸਬਸਕ੍ਰਾਈਬ ਫੋਲੋ ਸਟਾਰਟ ਹੋ ਗਿਆ ਭਾਈ ਤੇਰਾ ਸਟਾਰਟ ਹੋ ਗਿਆ ਅੱਛਾ ਸਬਸਕ੍ਰਾਈਬ ਕਿਆ ਸਬਸਕ੍ਰਾਈਜ਼ ਓਏ ਸਬ ਕਪ ਸਬ ਕਪ ਪ੍ਰਾਈਸ ਯਾਰ ਸਬਸਕ੍ਰਾਈਬ ਸਬਸਕ੍ਰਾਈਜ਼ ਛੋਟੀ ਕੜਾਈ ਵੱਡੀ ਕੜਾਈ ਗਾਣੇ ਵਾਲੀ ਕੜਾਈ ਹੈ ਗਾਣੇ ਵਾਲੀ ਕੜਾਈ ਠੀਕ ਆ ਖਾਨ ਸਾਹਿਬ ਓਕੇ ਲੋ ਨਾ ਦੇ ਸਾਨੂੰ ਤੇ ਜਿਆਦਾ ਮਿਲ ਜਾ ਪਗਰੇ ਪ੍ਰੋਗਰਾਮ ਚ ਉਦੋਂ ਤੱਕ ਲਈ ਅੱਲਾ ਹਾਫਿਜ਼ ਕਸਮ ਖੁਦਾ ਦੀ ਮੈਨੂੰ ਵੀ ਤੁਹਾਨੂੰ ਮਿਲ ਗਿਆ ਬੜਾ ਖੁਸ਼ੀ ਨਹੀਂ ਮੈਂ ਸੁਣਿਆ ਸੀ ਤੁਸੀਂ ਬਹੁਤ ਪੱਕੇ ਲੋਕ ਹੋਣੇ ਤੁਸੀਂ ਫਿਰ ਬਹੁਤ ਕੱਚੇ ਲੋਕ ਨਿਕਲੇ ਯਾਰ ਹਾਂ ਸਾਹਿਬ ਲੋ ਨਾ ਦੇ ਮਿਲ ਜਾ ਪਗਰੇ ਸ਼ੋਅ ਤੇ ਉਦੋਂ ਤੱਕ ਲਈ ਅੱਲਾ ਹਾਫਿਜ਼ ਰੱਖ ਦੇ ਸਿਰ ਤੇ ਦੁਪੱਟਾ ਰੱਖ ਦੇ